ਗ੍ਰੈਂਡ ਮਾਈਨਰ ਘੋਟਾਲੇ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਈ ਕਾਂਗਰਸ ਦੇ ਲੀਡਰਾਂ ਤੇ ਇਲਜ਼ਾਮ ਲੱਗ ਰਹੇ ਨੇ। ਲੁਧਿਆਣਾ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕਥਿਤ ਆਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਿਲਿਆ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਕਿ ਭਾਰਤ ਭੂਸ਼ਣ ਆਸ਼ੂ ਨੇ ਜੋ ਆਡੀਓ ਵਿੱਚ ਅਫਸਰਾਂ ਨੂੰ ਧਮਕੀ ਦਿੱਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਇਸ ਤੇ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਭਾਰਤ ਭੂਸ਼ਣ ਆਸ਼ੂ ਤੋਂ ਅਸਤੀਫਾ ਲੈਣਾ ਚਾਹੀਦਾ ਹੈ। ਅਸੀਂ ਸ਼ਿਕਾਇਤ ਕੀਤੀ ਹੈ ਵੀ ਜੋ ਆਡੀਓ ਕੱਲ੍ਹ ਸੋਸ਼ਲ ਮੀਡੀਆ 'ਤੇ ਚੱਲੀ ਆ ਇਹਨੂੰ ਇਹਦੀ ਜਾਂਚ ਕੀਤੀ ਜਾਵੇ। ਜਾਂਚ ਕਰਨ ਤੋਂ ਬਾਅਦ ਜਿਨ੍ਹਾਂ ਬੰਦਿਆਂ 'ਤੇ ਇਹ ਬਣਦਾ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਔਰ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੀ ਗੱਲ ਕੀਤੀ ਆ, ਹਾਈਕੋਰਟ ਦੇਖੋ ਸਾਡੇ ਲਈ ਸੁਪਰੀਮ ਆ, ਸੰਵਿਧਾਨ ਨੂੰ ਲਾਗੂ ਕਰਾਉਣ ਵਾਸਤੇ ਹਾਈਕੋਰਟ ਦਾ ਬੜੀ ਵੱਡੀ ਜ਼ਿੰਮੇਵਾਰੀ ਹੈ। ਅਤੇ ਉਹ ਮੰਤਰੀ ਕਹਿ ਰਿਹਾ ਵੀ ਹਾਈਕੋਰਟ ਨੂੰ ਵੀ ਇੱਕ ਪਾਸੇ ਰੱਖਦੇ ਤੂੰ ਮੇਰੀ ਗੱਲ ਮੰਨ, ਹਾਈਕੋਰਟ ਨੂੰ ਮੈਂ ਆਪੇ ਦੇਖ ਲਊਂ। ਫਿਰ ਦੂਜੀ ਗੱਲ ਇੱਕ ਹੋਰ ਕਹਿ ਰਿਹਾ ਵੀ ਜੇ ਕੋਈ ਸਰਕਾਰ ਦਾ ਲੌਸ ਵੀ ਹੋ ਰਿਹਾ, ਰੈਵਨਿਊ ਲੌਸ ਹੋ ਰਿਹਾ, ਉਹ ਤੂੰ ਨਾ ਪਰਵਾਹ ਕਰ, ਹੁੰਦਾ ਹੋਣ ਦੇ। ਦੇਖੋ ਇਹ ਮੰਤਰੀ ਹੋ ਕੇ ਜੇ ਸਰਕਾਰ ਦਾ ਰੈਵਨਿਊ ਲੌਸ ਕਰਨਗੇ, ਸਰਕਾਰ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨਗੇ, ਸਰਕਾਰ ਦੀਆਂ ਜ਼ਮੀਨਾਂ ਨੂੰ ਵੇਚਣਗੇ, ਮਨਮਰਜ਼ੀ ਨਾਲ CLU ਕਰਨਗੇ, ਸਰਕਾਰ ਦੇ ਮੰਤਰੀ ਦੀ ਕੋਈ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਉਹ ਸਰਕਾਰ ਦੇ ਪਹਿਲਾਂ ਰੈਵਨਿਊ ਨੂੰ ਅਤੇ ਸਰਕਾਰ ਦੀ ਪ੍ਰੋਪਰਟੀ ਨੂੰ ਸੇਫ ਕਰੇ। ਅਤੇ ਜੇ ਮੰਤਰੀ ਇੱਦਾਂ ਕਰਨਗੇ ਤਾਂ ਫਿਰ ਮੈਂ ਇਹ ਮਹਿਸੂਸ ਕਰਦਾ ਵੀ ਐਸੇ ਮੰਤਰੀਆਂ ਦੀ ਲੋੜ ਨਹੀਂ ਪੰਜਾਬ ਨੂੰ, ਖਾਸ ਕਰਕੇ ਲੁਧਿਆਣੇ ਵਾਲੇ ਮੰਤਰੀ ਦੇ। ਹੋਰ ਵੀ ਬਹੁਤ ਮੰਤਰੀਆਂ ਦੀਆਂ ਅਤੇ MLA ਦੀਆਂ ਆਪਾਂ ਪਹਿਲਾਂ ਇਹ ਚੀਜ਼ਾਂ ਵੇਖ ਚੁੱਕੇ ਹਾਂ, ਅਫਸਰਾਂ ਨੂੰ ਧਮਕਾਉਣਾ, ਅਫਸਰਾਂ ਤੋਂ ਗਲਤ ਕੰਮ ਕਰਵਾਉਣ ਲਈ ਉਹਨਾਂ 'ਤੇ ਪ੍ਰੈਸ਼ਰ ਪਾਉਣਾ। ਔਰ ਭਾਰਤ ਭੂਸ਼ਣ ਜੋ ਆਸ਼ੂ ਨੇ ਲੁਧਿਆਣੇ ਦੇ ਮੰਤਰੀ ਨੇ, ਕੁਝ ਦਿਨ ਪਹਿਲਾਂ ਇੱਕ ਲੇਡੀ ਆਫੀਸਰ ਨੂੰ ਪਬਲਿਕਲੀ ਜਲੀਲ ਕੀਤਾ। ਹੁਣ ਜਿਹੜੀ ਕੱਲ੍ਹ ਇੱਕ ਉਹਨਾਂ ਦੀ ਆਡੀਓ ਸੋਸ਼ਲ ਮੀਡੀਆ 'ਤੇ ਆਈ ਆ, ਆਪਾਂ ਸਾਰਿਆਂ ਨੇ ਸੁਣੀ ਆ, ਉਹਦੇ ਵਿੱਚ ਕਿੰਨਾ ਹੰਕਾਰ ਦੇ ਨਾਲ ਉਹ ਬੰਦਾ ਇਹ ਕਹਿ ਰਿਹਾ ਇੱਕ ਆਫੀਸਰ ਨੂੰ ਵੀ ਪਹਿਲਾਂ ਤੂੰ ਆਪਣਾ ਮੋਬਾਈਲ ਦਾ ਜਿਹੜਾ ਰਿਕਾਰਡਿੰਗ ਸਿਸਟਮ ਆ ਔਨ ਕਰ, ਉਸ ਤੋਂ ਬਾਅਦ ਮੈਂ ਤੇਰੇ ਨਾਲ ਗੱਲ ਕਰਨੀ। ਔਰ ਉਹਨੂੰ ਕਹਿ ਰਿਹਾ ਵੀ ਜਿਹੜਾ ਤੂੰ ਕੁਛ ਤੈਨੂੰ ਮਿਧ ਕੇ ਰੱਖ ਦਿਆਂਗੇ, ਤੂੰ ਆਪਣੇ ਆਪ ਨੂੰ ਕੀ ਸਮਝਦਾ। ਔਰ ਦੂਸਰੇ ਆਫੀਸਰ ਨੂੰ ਇਹ ਕਹਿ ਰਿਹਾ ਵੀ ਤੂੰ ਕੰਮ ਬੰਦ ਕਰ ਦੇ, ਮੇਰੇ ਹਲਕੇ 'ਚ ਕੰਮ ਨਹੀਂ ਕਰਨਾ, ਚਾਹੇ ਤੈਨੂੰ ਹਾਈਕੋਰਟ ਨੇ ਕਿਹਾ, ਚਾਹੇ ਤੈਨੂੰ ਕਿਸੇ ਹੋਰ ਨੇ ਕਿਹਾ, ਤੈਨੂੰ ਚਾਹੇ ਮੰਤਰੀ ਨੇ ਕਿਹਾ, ਤੂੰ ਮੰਤਰੀ ਅਤੇ ਮੰਤਰੀ ਦਾ ਕੋਈ PA ਬਣੀ ਸ਼ਾਇਦ ਉਹਦਾ ਨਾਮ ਵੀ ਉਹ ਲੈਂਦਾ ਵੀ ਉਹਨਾਂ ਦੇ ਕਹਿਣ 'ਤੇ ਜੋ ਕੁਛ ਕਰ ਰਿਹਾ ਉਹਨਾਂ ਨੂੰ ਤੂੰ ਬਲਾਈਜ਼ ਕਰ ਰਿਹਾ ਸਾਡੇ ਇਲਾਕੇ ਦੇ ਵਿੱਚ। ਸੋ ਕਹਿਣ ਤੋਂ ਭਾਵ ਆ ਵੀ ਪਹਿਲਾਂ ਤਾਂ ਸਰਕਾਰ ਦੇ ਵਿੱਚ ਆਪਸ 'ਚ ਇਹਨਾਂ ਦੇ ਤਾਲਮੇਲ ਹੀ ਹੈ, ਮੰਤਰੀਆਂ ਦੀ ਨਹੀਂ ਬਣਦੀ। ਪੰਜਾਬ ਦੇ ਲੋਕਾਂ ਦੇ ਲਈ ਕੁਛ ਨਹੀਂ ਇਹਨਾਂ ਨੇ ਕੀਤਾ, ਪੰਜਾਬ ਦਾ ਜੋ ਮਾਹੌਲ ਆ ਇਹਨਾਂ ਨੇ ਖਰਾਬ ਕੀਤਾ, ਗੁੰਡਾਗਰਦੀ, ਅੱਤਿਆਚਾਰ, ਚਾਹੇ ਕੋਈ ਇਲੈਕਸ਼ਨ ਹੋਵੇ, ਕਿਸੇ ਵੀ ਸਿਸਟਮ ਦੇ ਵਿੱਚ ਇਹਨਾਂ ਨੇ ਅੱਜ ਤੱਕ 2 ਸਾਲ ਦੇ ਸਮੇਂ ਦੇ ਵਿੱਚ ਇਹਨਾਂ ਮੰਤਰੀਆਂ ਨੇ, ਇਹਦੇ MLA ਨੇ ਗੁੰਡਾਗਰਦੀ ਤੋਂ ਬਿਨਾਂ, ਧਮਕਾਉਣ ਤੋਂ ਬਿਨਾਂ, ਡਰਾਉਣ ਤੋਂ ਬਿਨਾਂ, ਕਬਜ਼ਿਆਂ ਤੋਂ ਬਿਨਾਂ, ਦਾਰੂ ਵੇਚਣ ਤੋਂ ਬਿਨਾਂ ਜੇ ਕੋਈ ਹੋਰ ਕੰਮ ਕੀਤਾ ਤਾਂ ਪੰਜਾਬ ਜਿਹੜੇ ਦੇ ਕਾਨੂੰਨ ਦੀ ਪਾਲਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਮੰਤਰੀ ਸਾਹਿਬ, ਉਹ ਕਾਨੂੰਨ ਨੂੰ ਟਿੱਚ ਕਰਕੇ ਜਾਣਦੇ, ਹਾਈਕੋਰਟ ਨੂੰ ਟਿੱਚ ਕਰਕੇ ਜਾਣਦੇ, ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਮੈਂ ਸਮਝਦਾ ਵੀ ਇਹਨਾਂ 'ਤੇ ਹੰਕਾਰ ਮੂੰਹ ਚੜ੍ਹ ਕੇ ਬੋਲਿਆ, ਜਿਸ ਗੁਰਬਾਣੀ ਕਹਿੰਦੀ ਜਿਸ ਨੂੰ ਆਪ ਕੁਆਏ ਕਰਤਾ ਕੁਛ ਲਈ ਚੰਗਿਆਈ, ਇਹਨੇ ਚੰਗਿਆਈ ਖੋਲੀ ਕਿਉਂਕਿ ਝੂਠ ਦੇ ਸਹਾਰੇ ਨਾਲ ਇਹਨਾਂ ਦੀ ਸਰਕਾਰ ਬਣੀ ਆ, ਅੱਜ ਆਪੋ ਤਾਪੀ 'ਚ ਪਈ ਆ, ਪੈਸਾ ਕਮਾਉਣ ਦੀ ਪਈ ਹੈ ਅਤੇ ਹੰਕਾਰ ਇਹਨਾਂ ਦਾ ਬੋਲ ਰਿਹਾ। ਅਸੀਂ ਅੱਜ CP ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਏ ਜਿਹਦੇ ਵਿੱਚ ਜਿਹੜੀ ਹਾਈਕੋਰਟ ਨੂੰ ਇਹਨਾਂ ਟਿੱਚ ਕਰਕੇ ਜਾਣਾ, ਕਾਨੂੰਨ ਨੂੰ ਟਿੱਚ ਕਰ ਜਾਣਾ, ਉਹਦੇ ਖਿਲਾਫ ਅਸੀਂ ਕਾਰਵਾਈ ਕਰਨ ਲਈ ਕਿਹਾ। ਜੇ ਕਾਰਵਾਈ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਜਿਹੜੀ ਰਣਨੀਤੀ ਅਸੀਂ ਤੈਅ ਕਰਕੇ ਇਹਨਾਂ ਦੇ ਖਿਲਾਫ ਜਿੰਨੀ ਜੱਬਣ ਦੀ ਜੰਗ ਕੀਤੀ ਜਾਊ। ਬਿਊਰੋ ਰਿਪੋਰਟ, ਲੁਧਿਆਣਾ ਵਿਊ।